ਇਹ ਜੇ 2 ਗੋਲੀ ਇਹ ਰਾਸ਼ਨ ਚੈੱਕ ਕਰੋ ਇਹ ਵੇਖੋ ਜੀ ਇਹ ਬੱਚਿਆਂ ਕਟਿਆਂ ਵਾਸਤੇ ਇਹ ਵੱਖਰਾ ਪਰਿਆ ਜਾ ਰਿਹਾ ਠੀਕ ਹੈ ਇਹਦਾ ਵੱਖਰਾ ਤੋੜਾ ਭਰੀ ਜਾਏਗਾ ਰਾਸ਼ਨ ਦਾ ਵੱਖਰਾ ਤੋੜਾ ਭਰੀ ਜਾਏਗਾ ਇਹ ਤੋੜਿਆਂ ਦੇ ਤੋੜੇ ਪਰੇ ਪਾਜੇ ਉਹ ਕੁਝ ਪਟਾਈ ਲੱਗੀ ਜੇ ਠੀਕ ਹੋ ਗਿਆ ਅਸਲਾਮੁਅਲੈਕਮ तमाम ਮੇਰੇ ਅਹਬਾਬ ਨੂੰ ਜਿਹੜਾ ਮੇਰਾ YouTube ਚੈਨਲ ਤੇ Facebook ਪੇਜ ਦੇਖਦੇ ਨੇ ਖੁਸ਼ ਆਮਦੀਦ ਹੈ ਅੱਜ ਤੁਹਾਡੇ ਵਾਸਤੇ X-Tech ਆਲੂ ਦੀ ਪਟਾਈ ਲੈ ਕੇ ਆਏ ਆ 100 ਤੇ 10 ਦਿਨ ਦਾ ਆਲੂ ਜੇ 3 ਮਹੀਨੇ ਤੇ 20 ਦਿਨ ਦਾ ਆਲੂ ਤੇ ਇਹ ਚੈੱਕ ਕਰੋ ਜੀ ਮਾਲ ਇਹ ਦੇਖੋ ਪੱਕੀ ਪਟਾਈ ਸ਼ੁਰੂ ਹੋ ਗਈ ਹੈ ਜ਼ਿਲ੍ਹਾ 우ਕਾੜਾ ਦੇ ਵਿੱਚ ਚੈੱਕ ਕਰੋ ਮਾਸ਼ਾਅੱਲਾ X-Tech ਆਲੂ ਤੁਹਾਨੂੰ ਰੇਟ ਸ਼ੀਟ ਤੇ ਵਜ਼ਨ ਤੇ ਏਕੜ ਸਭ ਕੁਝ ਇਸ ਵੀਡੀਓ ਦੇ ਵਿੱਚ ਮਿਲੇਗਾ ਵੀਡੀਓ ਵਿੱਚ ਐਂਡ ਤੱਕ ਜੁੜੇ ਰਹਾ ਜੇ ਇਨਸ਼ਾਅੱਲਾ ਇਹ ਚੈੱਕ ਕਰੋ ਜੀ ਜਿਹੜੇ ਭਾਈ ਕਹਿੰਦੇ ਨੇ ਬੀਜ ਗੋਲੀ ਬੀਜ ਗੋਲੀ ਇਹ ਚੈੱਕ ਕਰੋ ਬੱਚਿਆਂ ਕਟਿਆਂ ਵਾਸਤੇ ਬਿਹਤਰੀਨ ਮਾਲ ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਰਾਬਤਾ ਨੰਬਰ 0310 4310 248 ਇਹ ਚੈੱਕ ਕਰੋ ਮਾਸ਼ਾਅੱਲਾ ਵੀਆਈਪੀ ਮਾਲ ਆ ਗਿਆ ਜੀ ਜੀ ਵੀਆਈਪੀ ਮਾਲ ਹੈ ਚੈੱਕ ਕਰੋ ਜੀ 110 ਦਿਨ ਦਾ ਨਵਾਂ ਆਲੂ ਜੇ ਨਵਾਂ ਇਹ ਚੈੱਕ ਕਰੋ ਚੈੱਕ ਕਰੋ ਜੀ ਇਹ ਤੋੜਿਆਂ ਦੇ ਤੋੜੇ ਪਰੇ ਪੈ ਜੇ ਉਹ ਕੁਝ ਪਟਾਈ ਲੱਗੀ ਜੇ ਠੀਕ ਹੋ ਗਿਆ ਇਹ 4 ਏਕੜ ਦੀ ਅੱਜ ਪਟਾਈ ਹੋਈ ਜੀ 4 ਏਕੜ ਦੀ ਇਹ ਜਾਲੀ ਜੇ ਇਹ ਬੀਜ ਗੋਲੀ ਸਾਰੀ ਇਕੱਠੀ ਪਈ ਪਈ ਇਹ ਚੈੱਕ ਕਰੋ ਅੱਛਾ ਤੇ ਹੁਣ ਤੁਸੀਂ ਪੁੱਛੋਗੇ ਵੀ ਰੇਟ ਕੀ ਲੱਗਾ ਰੇਟ ਮਾਲਕਾਂ ਨੂੰ ਜੀ 4400 ਰੁਪਿਆ ਲੱਗਿਆ ਜੇ 4400 4400 ਰੁਪਿਆ ਲੱਗਿਆ ਤੇ ਮਾਲਕ ਅਜੇ ਨਹੀਂ ਵੇਚ ਰਿਹਾ ਠੀਕ ਹੈ ਤੋੜਾਂ ਵਿੱਚ ਭਰੀ ਜਾ ਰਹੇ ਨੇ ਤੇ ਵੇਚ ਨਹੀਂ ਰਿਹਾ ਇਲਾਕਾ ਹੈ ਜੀ ਜੀ ਚੱਕ ਨੰਬਰ 2 ੜੀ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਊਕਾੜਾ ਐਕਸ ਟੈਕਸ ਮਾਲ ਜੇ ਵੀ ਆਈ ਪੀ ਮਾਲ ਜੀ ਵੀ ਆਈ ਪੀ ਲਾਟ ਆ ਗਈ ਹੈ ਚੈੱਕ ਕਰੋ ਇੱਕ ਇੱਕ ਤੋੜਾ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਇੱਕ ਇੱਕ ਤੋੜਾ ਕੋਈ ਠੱਗੀ ਨਹੀਂ ਕੋਈ ਫਰਾਡ ਨਹੀਂ ਕੈਮਰੇ ਦੀ ਅੱਖ ਤੁਹਾਨੂੰ ਵਿਖਾਈ ਜਾ ਰਹੀ ਹੈ ਤੇ ਅੱਗੇ ਜਿਹੜੀ ਤਾਜ਼ਾ ਪਟਾਈ ਹੋਈ ਪਈ ਉਹ ਵੀ ਤੁਹਾਨੂੰ ਬਖਾਣੇ ਆ 4400 ਰੁਪਿਆ ਲੱਗਾ ਹੈ ਮਾਲਕਾਂ ਨੂੰ ਇੱਕ ਇੱਕ 100 ਤੇ 22 ਕਿਲੋ ਦੀ ਪਰਥੀ ਇਹਨਾਂ ਦੇਣੀ ਲੇਕਿਨ ਉਹਨਾਂ ਨੇ ਨਹੀਂ ਵੇਚੇ ਉਨ ਲੱਗ ਜਾਂਦਾ ਪਤਾ ਵੀ ਇਹ ਮੰਡੀ ਤੇ ਲੈ ਕੇ ਜਾਂਦੇ ਨੇ ਉੱਥੇ ਕੀ ਰੇਟ ਲੱਗਦਾ ਸਰਮੂਦ ਦਾ ਵੱਡੇ ਟੁਕੜਿਆ ਹਰ ਸ਼ੈ ਵਿੱਚ ਕੋਈ ਕਟਾਈ ਛਟਾਈ ਨਹੀਂ ਹੋਣੀ ਇਹ ਵੀ ਗੋਲੀ ਵੱਖਰੀ ਨਿਕਲਦੀ ਪਈ ਜੇ ਇਹ ਰਾਸ਼ਨ ਵਕਰਾ ਨਿਕਲਦਾ ਬਈ ਠੀਕ ਹੈ ਵੇਖੋ ਚੈੱਕ ਕਰੋ ਇਹ ਜੇ ਰਾਸ਼ਨ ਇਹ ਜੇ ਵੀ ਗੋਲੀ ਇਹ ਜੇ ਵੀ ਗੋਲੀ ਇਹ ਰਾਸ਼ਨ ਚੈੱਕ ਕਰੋ ਇਹ ਵੇਖੋ ਜੀ ਇਹ ਬੱਚਿਆਂ ਕੱਟਿਆਂ ਵਾਸਤੇ ਇਹ ਵੱਖਰਾ ਪਰਿਆ ਜਾ ਰਿਹਾ ਠੀਕ ਹੈ ਇਹਦਾ ਵੱਖਰਾ ਤੋੜਾ ਭਰੀ ਜੇਗਾ ਰਾਸ਼ਨ ਦਾ ਵੱਖਰਾ ਤੋੜਾ ਭਰੀ ਜੇਗਾ ਚੈੱਕ ਕਰੋ ਰਾਸ਼ਨ ਮਾਸ਼ਾਅੱਲਾ ਇਹ ਜੇ ਵੀ ਗੋਲੀ ਇਹ ਚੈੱਕ ਕਰੋ ਆ ਵੇਖੋ ਸਾਡੇ ਭਾਈ ਮਿਹਨਤ ਕਰ ਰਹੇ ਨੇ ਇਹ ਸਾਡੇ ਭਾਈ ਜਾਨ ਆਸ਼ਕ ਨੇ ਜੀ ਇਹ ਵੇਖੋ ਮੁਹੰਮਦ ਆਸ਼ਕ ਹੈ ਹੱਥ ਲਾ ਦਿਓ ਹਾਂ ਜੀ ਇਹ ਚੈੱਕ ਕਰੋ ਜੀ ਤਾਜ਼ਾ ਪਟਾਈ ਤੁਹਾਨੂੰ ਰੋਜ਼ ਤਾਜ਼ਾ ਵੀਡੀਓ ਲੈ ਕੇ ਆਈਦਾ ਤਾਜ਼ਾ ਮਾਲ ਨਵੀਂ ਡੇਟ ਅੱਜ ਡੇਟ ਹੈਗੀ ਜੀ 28 28 1 2024 ਇਹ ਚੈੱਕ ਕਰੋ ਮਾਲ ਕਿੱਡਾ ਸੋਹਣਾ ਹਾਂਜੀ ਹਾਂਜੀ ਮਾਲ ਪੁੱਛਨੇ ਆ ਜੀ ਕੀ ਕਹਿੰਦੇ ਨੇ ਬਾਈ ਯਾਰੀ ਮੁਹੰਮਦ ਆਸ਼ਕ ਨੇ ਸਾਡੇ ਪਿੰਡ ਦੇ ਨੇ ਅੱਛਾ ਜੀ ਤੇ ਕੀ ਰੇਟ ਸ਼ੇਟ ਕੀ ਲੱਗਾ ਨੇ ਕੋਈ ਪਤਾ ਲੱਗਾ ਜੀ ਅੱਛਾ ਅਜੇ ਰੱਖਦੇ ਪੈਣ ਹਾਂਜੀ ਕਹਿ ਰਹੇ ਨੇ ਵੀ ਅਜੇ ਰੱਖ ਰਹੇ ਨੇ ਵੇਚ ਨਹੀਂ ਰਹਿ ਜਿਵੇਂ ਤੁਹਾਨੂੰ ਮੈਂ ਦੱਸਿਆ ਨਹੀਂ ਵੀ ਵੇਚ ਨਹੀਂ ਰਹਿ 4400 ਰੁਪਿਆ ਨਨ ਲੱਗਿਆ ਲੇਕਿਨ ਵੇਚ ਨਹੀਂ ਰਹਿ ਉਮੀਦ ਕਰਨੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤਾਂ ਸਾਡੇ ਚੈਨਲ ਨੂੰ ਫੇਸਬੁੱਕ ਪੇਜ ਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅਗਰ ਕਿਸੇ ਨੂੰ ਆਲੂ ਚਾਹੀਦੇ ਹੋਣ ਤਾਂ ਤੁਸੀਂ ਸਾਡਾ ਰਾਪਤਾ ਨੰਬਰ ਸੁਣ ਚੁੱਕੇ ਜੇ ਸਕਰੀਨ ਤੇ ਆ ਚੁੱਕਿਆ ਹੈ ਤੁਸੀਂ ਸਾਡੇ ਨਾਲ ਰਾਪਤਾ ਕਰ ਸਕਦੇ ਹੋ ਅਸਲਾਮੁਅਲੈਕਮ